लोग चाहे बॉर्डर पट्टी ते रहिंदे आ बॉर्डर ते रहिंदे आ पर पिंड वालियां ने जिहड़ा अज फैसला करता है वो बॉर्डर तो हट के करता है। पिंड दे विच एक सर्वसम्मति कर दित्ती गई है। पिंड दे लोकां दा एका जिहड़ा सी अज बरकरार मिलिया इत्थे हरेक पार्टी दा नुमाइंदा खड़ा है इस जगह दे विच ते पिंड वालियां ने सर्वसम्मति नाल सरपंच चुन लिया भावें सरपंची चोणां विच समां पिया है। की बनिया भी अज पिंड ने फैसला करता तो तुहानू मना लिया सरसम्मति नाल किवें सुभाव बनिया किवें इकट्ठे होए की गलबात हुई? सानू इस तरह बनाया जी साडे पिंड दे विकास दे काम बहुत पै से जी वो काम करा दा ईमानदार हो के सारे जोड़ के मतलब मैंबर पंचायत साहब पर हुण असीं इकट्ठे हो के गल कीती वी असीं सहमति नाल चुनांगे जिहड़ा साडा सरपंच बनेगा पहलां असीं उस सड़कां ते पिंड दे पाणी दी विकास लई चुनांगे। ਵੀ ਅੱਗੇ ਸਾਡੇ ਪਿੰਡ ਵਿੱਚ ਪਾਰਟੀ ਬਾਜੀ ਸੀ ਵੀ ਕਦੇ ਕਾਲੀਆਂ ਨੂੰ ਵੋਟ ਪਾਤੀ ਕਦੇ ਝਾੜੂ ਵਾਲੇ ਪਾਤੀ ਕਦੇ ਕਾਂਗਰਸ ਨੂੰ ਪਾਤੀ ਇਸ ਟਾਈਮ ਸਾਡਾ ਪਿੰਡ ਸਾਰਾ ਸਹਿਮਤ ਹੈ। ਲੋਕ ਚਾਹੇ ਬਾਰਡਰ ਪੱਟੀ ਤੇ ਰਹਿੰਦੇ ਆ ਬਾਰਡਰ ਤੇ ਰਹਿੰਦੇ ਆ ਪਰ ਪਿੰਡ ਵਾਲਿਆਂ ਨੇ ਜਿਹੜਾ ਅੱਜ ਫੈਸਲਾ ਕਰਤਾ ਹੈ ਉਹ ਬਾਰਡਰ ਤੋਂ ਹਟ ਕੇ ਕਰਤਾ ਹੈ। ਪਿੰਡ ਦੇ ਵਿੱਚ ਇੱਕ ਸਰਵਸੰਮਤੀ ਕਰ ਦਿੱਤੀ ਗਈ ਹੈ। ਸਾਧਾ ਸਿੰਘ ਹੋਰਾਂ ਨੂੰ ਪਿੰਡ ਦਾ ਸਰਵਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਤੇ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਮੈਂਬਰ ਪੰਚਾਇਤ ਵੀ ਜਿਹੜੇ ਚੁਣੇ ਗਏ ਆ ਉਹ ਵੀ ਸ਼੍ਰੀ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਚੁਣੇ ਗਏ ਆ। ਪਿੰਡ ਦੇ ਲੋਕਾਂ ਦਾ ਏਕਾ ਜਿਹੜਾ ਸੀ ਅੱਜ ਬਰਕਰਾਰ ਮਿਲਿਆ ਇੱਥੇ ਹਰੇਕ ਪਾਰਟੀ ਦਾ ਨੁਮਾਇੰਦਾ ਖੜਾ ਇਸ ਜਗ੍ਹਾ ਦੇ ਵਿੱਚ ਤੇ ਪਿੰਡ ਵਾਲਿਆਂ ਨੇ ਸਰਵਸੰਮਤੀ ਨਾਲ ਸਰਪੰਚ ਚੁਣ ਲਿਆ ਭਾਵੇਂ ਸਰਪੰਚੀ ਚੋਣਾਂ ਵਿੱਚ ਸਮਾਂ ਪਿਆ ਹੈ ਪਰ ਪਿੰਡ ਦੇ ਲੋਕਾਂ ਨੇ ਆਪਣੀ ਸਰਬੁੱਧੀ ਤੋਂ ਕੰਮ ਲੈਂਦਿਆਂ ਹੋਇਆਂ ਆਪਣੀ ਬੁੱਧੀ ਤੋਂ ਕੰਮ ਲੈਂਦਿਆਂ ਪਿੰਡ ਦੇ ਵਿੱਚ ਏਕਤਾ ਭਾਈਚਾਰਾ ਕਾਇਮ ਰਹੇ ਪਿੰਡ ਦਾ ਜਿਹੜਾ ਸੱਭਿਆਚਾਰ ਹੈ ਚੱਲਦਾ ਰਹੇ ਜਿਸ ਦੇ ਤਹਿਤ ਸਰਪੰਚ ਚੁਣਿਆ ਗਿਆ ਗੱਲਬਾਤ ਸਰਪੰਚ ਨਾਲ ਵੀ ਕਰ ਲੈਂਦੇ ਹਾਂ ਅਤੇ ਗੱਲਬਾਤ ਦਾ ਤਮਾਮ ਲੋਕ ਖੜ੍ਹੇ ਕਰੀ ਕੈਮਰੇ ਦਿਖਾ ਦਿੰਦੇ ਹਾਂ ਪੂਰਾ ਪਿੰਡ ਇੱਥੇ ਮੌਜੂਦ ਹੈ ਸਾਰੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਦਿਖਾਉਂਦੇ ਹਾਂ ਪਿੰਡ ਨੇ ਫੈਸਲਾ ਜਿਹੜਾ ਲਿਆ ਹੈ। ਪਿੰਡ ਚਾਂਦੀਵਾਲਾ ਹਲਕਾ ਗੁਰੂਵਰ ਸਾਹਿਬ ਦਾ ਬਾਰਡਰ ਪੱਟੀ ਦਾ ਪਿੰਡ ਹੈ ਅਤੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਸਾਡੇ ਚੈਨਲ 'ਤੇ ਸਵਾਗਤ ਹੈ। ਵਧਾਈਆਂ ਜੀ ਸਾਰਿਆਂ ਨੂੰ ਸਾਰੇ ਨਗਰ ਨੂੰ ਵਧਾਈਆਂ ਜੀ ਸਾਰੇ ਪਿੰਡ ਨੂੰ ਚੈਨਲ ਚੈਨਲ ਵੀਰਾਂ ਨੂੰ ਵਧਾਈਆਂ ਜੀ। ਅੱਛਾ ਕੀ ਬਣਿਆ ਵੀ ਅੱਜ ਪਿੰਡ ਨੇ ਫੈਸਲਾ ਕਰਤਾ ਅਤੇ ਤੁਹਾਨੂੰ ਮਨਾ ਲਿਆ ਸਰਵਸੰਮਤੀ ਨਾਲ ਕਿਵੇਂ ਸਬੱਬ ਬਣਿਆ ਕਿਵੇਂ ਇਕੱਠੇ ਹੋਏ ਕੀ ਗੱਲਬਾਤ ਹੋਈ? ਸਾਨੂੰ ਇਸ ਤਰ੍ਹਾਂ ਬਣਾਇਆ ਜੀ ਸਾਡੇ ਪਿੰਡ ਦੇ ਵਿਕਾਸ ਦੇ ਕੰਮ ਬਹੁਤ ਪੈ ਸੀ ਜੀ ਉਹ ਕੰਮ ਕਰਾਂ ਦਾ ਇਮਾਨਦਾਰ ਹੋ ਕੇ ਸਾਰੇ ਜੋੜ ਕੇ ਮਤਲਬ ਮੈਂਬਰ ਪੰਚਾਇਤ ਸਾਹਿਬ ਪਿੰਡ ਦੇ ਸਹਿਯੋਗ ਨਾਲ ਅਤੇ ਪਿੰਡ ਦੇ ਕੰਮਾਂ ਕਰਕੇ ਸਰਵਸੰਮਤੀ ਕੀਤੀ ਗਈ ਵੀ ਅੱਗੇ ਕੰਮ ਨਹੀਂ ਹੁੰਦੇ ਜੇ ਪੰਚਾਇਤੀ ਚੋਣਾਂ ਹੋ ਜਾਂਦੀਆਂ ਹੈਗੀਆਂ ਚੋਣਾਂ 'ਚ ਹਾਲੇ ਸਮਾਂ ਕਾਫੀ ਪਿਆ ਹੈਗਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਫਿਰ ਵੀ ਪਿੰਡ ਨੇ ਅੱਜ ਫੈਸਲਾ ਪਹਿਲਾਂ ਹੀ ਕਰ ਲਿਆ। ਹਾਂਜੀ ਹਾਂਜੀ ਕੋਈ ਸਾਬਕਾ ਸਰਪੰਚ ਵੀ ਮੌਜੂਦ ਨੇ? ਹਾਂਜੀ ਸਾਬਜੀ ਬਿਲਕੁਲ ਜੀ ਸਾਬਕਾ ਸਰਪੰਚ ਵੀ ਮੌਜੂਦ ਹੈ ਗੱਲਬਾਤ ਕਰ ਰਹੇ ਨੇ। ਕੁਲਵੰਤ ਜੀ ਕਿਵੇਂ ਦੇਖਦੇ ਹੋ? ਸਾਬਕਾ ਸਰਪੰਚ ਕਰਨੈਲ ਸਿੰਘ ਬੋਲਦਾ ਜੀ। ਅਸੀਂ ਪਿਛਲੀ ਵਾਰੀ ਜਿਹੜੇ ਅਕਾਲੀ ਰਾਜ ਦੇ ਵੋਟਾਂ ਨਾਲ ਬਣੇ ਸੀ ਉਹਦਾ ਕੁਛ ਕੰਮ ਜਿਹੜੇ ਸਾਡੇ ਰਹਿ ਗਏ ਸੀ ਹੋਰ ਜਿਹੜਾ ਅਸੀਂ ਸਾਰਾ ਪਿੰਡ ਗੁਰਦੁਆਰੇ ਪਿੰਡ ਚਾਂਦੀਵਾਲ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਸਾਧਾ ਸਿੰਘ ਨਾਲ ਸਾਰੀ ਸੰਗਤ ਪਿੰਡ ਦੀ ਇਹਨੂੰ ਸਰਪੰਚ ਸਰਬਸੰਮਤੀ ਨਾਲ ਚੁਣਤਾ ਹੈ ਭਾਵੇਂ 2 ਮਹੀਨੇ ਪਏ ਨੇ ਮਹੀਨਾ ਪਏ ਸਾਡੇ ਚੁਣਿਆ ਗਿਆ ਅਸੀਂ ਜਿਹੜਾ ਸਰਬਸੰਮਤੀ ਪਿੰਡ ਦੀ ਹੋ ਗਈ ਪਿੰਡ ਦੇ ਵਿਕਾਸ ਬੜੇ ਰਹਿੰਦੇ ਨੇ ਪਿੰਡ ਦੇ ਹੋਣ ਵਾਲੇ ਪਿੰਡ ਦੇ ਵਿਕਾਸ ਸਾਧਾ ਸਰਪੰਚ ਕੋਲ ਕਰਵਾਵਾਂਗੇ ਜੋ ਵੀ ਇਸ ਮੁਸ਼ਕਲਾਂ ਨੇ ਉਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਵੀ ਪਿੰਡ ਦੇ ਮੌਜੂਦ ਹੈਗੇ ਆ ਗੱਲਬਾਤ ਕਰ ਲੈਂਦੇ ਹਾਂ ਬਾਈ ਜੀ ਕਿਵੇਂ ਅੱਜ ਨੌਜਵਾਨ ਵੀ ਇਕੱਠੇ ਹੋ ਗਏ ਲੱਗ ਰਿਹਾ ਪਹਿਲਾਂ ਲੋਕ ਚੁਣ ਲੈਂਦੇ ਸੀ ਕਿੰਦੀ ਸਰਕਾਰ ਸੀ ਉਹਦੇ ਸਰਪੰਚ ਬਣ ਜਾਂਦੇ ਸੀ ਬਹੁਤ ਕੁਛ ਹੁੰਦਾ ਸੀ ਲੋਕਾਂ 'ਚ ਕੋਈ ਬੰਦੇ ਹੋ ਨੌਜਵਾਨ ਅੱਗੇ ਆ ਰਹੇ ਆ ਅਤੇ ਇਸੇ ਤਰ੍ਹਾਂ ਜਿਹੜੇ ਫੈਸਲੇ ਹੋ ਰਹੇ ਕਿਉਂਕਿ ਪਹਿਲਾਂ ਨਾ ਸਾਡੇ ਇੱਥੇ ਕੁਛ ਵੀ ਨਹੀਂ ਕਈ ਵਾਰ ਇਕੱਠੇ ਹੁੰਦੇ ਨੌਜਵਾਨਾਂ ਨੂੰ ਪਿੱਛੇ ਰੱਖਿਆ ਜਾਂਦਾ ਸੀ ਪਰ ਹੁਣ ਅਸੀਂ ਪਿੰਡ ਦੇ ਕੁਛ ਜੁੜੇ ਨੌਜਵਾਨ ਕਹਿ ਕੇ ਵੀ ਆਪਾਂ ਇਕੱਠੀ ਸਹਿਮਤੀ ਨਾਲ ਚੁਣਾਂਗੇ ਬਾਕੀ ਸਾਡੇ ਵਿਕਾਸ ਬੜੇ ਜ਼ਿਆਦਾ ਰਹਿ ਗਏ ਸੀ ਅਤੇ ਪਿੱਛੇ ਤੋਰ ਕੇ ਕੁਛ ਸੜਕਾਂ ਕੁਛ ਬਣਦੀਆਂ ਪਿੰਡ 'ਚ ਫਿਰ ਵਿਕਾਸ ਖਰਾਬ ਹੋ ਜਾਂਦੀਆਂ ਪਿੰਡ ਦੀ ਰੂੜੀ ਰਾੜੀ ਸਾਰਾ ਕੁਛ ਪਿਆ ਸੀ ਪਰ ਹੁਣ ਅਸੀਂ ਇਕੱਠੇ ਹੋ ਕੇ ਗੱਲ ਕੀਤੀ ਵੀ ਅਸੀਂ ਸਹਿਮਤੀ ਨਾਲ ਚੁਣਾਂਗੇ ਜਿਹੜਾ ਸਾਡਾ ਸਰਪੰਚ ਬਣੇਗਾ ਪਹਿਲਾਂ ਅਸੀਂ ਉਸ ਸੜਕਾਂ ਅਤੇ ਪਿੰਡ ਦੇ ਪਾਣੀ ਦੀ ਵਿਕਾਸ ਲਈ ਚੁਣਾਂਗੇ ਕਿਉਂਕਿ ਪਿੰਡ ਦੇ ਵਿਕਾਸ ਦੇ ਲਈ ਫੈਸਲਾ ਲਿਆ ਗਿਆ ਹੋਰ ਨੌਜਵਾਨ ਵੀ ਨੇ ਯੰਗ ਨੇ ਮੁੰਡੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਬਾਤ ਹੈ ਤੁਸੀਂ ਵੀ ਮੈਂਬਰ ਪੰਚਾਇਤ ਪਹਿਲਾਂ ਰਹੇ ਹੋ? ਜੀ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਵਧੀਆ ਵਧਾਈ ਦੇ ਪਾਤਰ ਹੈ ਸਾਡਾ ਪਿੰਡ ਮੇਰੇ ਸੰਭਾਲੇ 'ਚ 45-46 ਸਾਲ ਮੇਰੀ ਉਮਰ ਹੋ ਗਈ ਜਾਂ ਮੇਰੇ ਤੋਂ ਪਹਿਲਾਂ ਵੀ ਚਾਂਦੀਵਾਲ 'ਚ ਕਦੇ ਨਹੀਂ ਜ਼ਿੰਦਗੀ 'ਚ ਸੁਪਨਾ ਨਹੀਂ ਸੋਚਿਆ ਵੀ ਸਹਿਮਤੀ ਸਾਡੇ ਪਿੰਡ ਹੋਏਗੀ ਇਹ ਸਾਡੇ ਪਿੰਡ ਨੇ ਇੱਕ ਰਿਕਾਰਡ ਪੈਦਾ ਕਰਤਾ ਸਹਿਮਤੀ ਕਰਕੇ ਔਰ ਅਸੀਂ ਇਹ ਪਹਿਲਧਾਰ 'ਤੇ ਨਸ਼ਾ ਮੁਕਤ ਕਰਾਂਗੇ ਪਿੰਡ ਨੂੰ
सब तो पहली अं स्टैप चकांगे भी पिंड च असीं कोई नशा नहीं रहण देंगे, कोई किसी किस्म का नशा नहीं करन देंगे, किसी बच्ची नौजवान पीढ़ी नशे च नहीं जान देंगे। साडी सरपंच साहब नूं इहो बेनती है भी पहला स्टैप आपां नशे बारे ही चकना है। बिल्कुल नशा बंद करना है, नौजवान जिहड़े हैगे आ इन्हां नूं बचाउणा है, इन्हां नूं बिल्कुल बचाउणा है। नवीं पीढ़ी नूं पता लगे भी असीं पहले दे जिहड़े बजुर्ग ने साडे कोई नशे नहीं, कोई कुछ नहीं सी, तो बहुत तगड़े सी। अज दे नशे बहुत कल अज रात ही एक नशे की छिंबे वाले च मौत हो गई नशे के कारण ही। अज दे सारयां नूं संगत नूं बेनती करदे भी नशे तों मुक्त कराउणा असीं जिन्ना भी हो सकिआ, असीं नशे ते जोर पूरा देवांगे। गुरमेज की देखदे हो तुसीं वी पिंड दे काम करदे रहे हो, पहलां पंचायतां पहलां वी बंदियां रहियां हैगियां, अज जिवें समां पिआ हैगा कि लोक इस गल ते बरकरार रहणगे? हाँ जी हाँ जी, 100% रहणगे जी। गुरद्वारे हजूर जी साहिब दे विच सारयां नूं मत्था टकाया, जिम्मेवारी लई है, सहुं तरह के सहुं चुकाई है भी आपां ने एकजुट हो के इहदा साधा सिंह दा साथ देणा, पूरा साथ देणा। कोई वाखरा उठदा वी है असीं उहनूं वी नप्पण दी कोशिश करांगे भी बई इह गलत है। बाकी सारे इकट्ठे आए ही है? सारे इकट्ठे हैं बिल्कुल जी, पिंड दे सारे लोग इकट्ठे आए सी। बई जी अगे गलबात कर लैंदे आ, किवें अज जिहड़ा सबब बण गया पूरा पिंड इकट्ठा हो गया? हाँ जी सरदार जी, मैं ये कह गल कर लग्या भी अगे साडे पिंड विच पार्टी बाजी सी भी कदे कालिया नूं वोट पाती, कदे झाड़ू वाले पाती, कदे कांग्रेस नूं पाती। इस टाइम साडा पिंड सारा सहमत है, किसी कोई पार्टी बाजी साडे पिंड च नहीं रह गई। कोई जिहड़ा लड़े बोले दा उहनूं असीं पिंड थाने नहीं जाण देणा, असीं इत्थे फैसला करना जी। ਠੀਕ ਹੈ ਹਾਂ ਜੀ, ਅਤੇ ਨਸ਼ਾ ਪਤਾ ਕਿਹੜਾ ਪਿੰਡ 'ਚ ਕਰਦਾ ਨਾ, ਭਾਵੇਂ ਗੁੱਸਾ ਕੀਤੀ ਜਾਵੇ ਅਸੀਂ ਨਸ਼ਾ ਪਤਾ ਨਹੀਂ ਚੱਲਣ। ਕਚਹਿਰੀ ਹੁਣ ਪਿੰਡ 'ਚ ਲੱਗਿਆ ਕਰੂ, ਕੋਈ ਥਾਣੇ ਜਾਣ ਦੀ ਲੋੜ ਨਹੀਂ? ਨਹੀਂ, ਗੁਰਦੁਆਰੇ ਚੱਲੇ ਕਰ, ਇੱਥੇ ਫੈਸਲਾ ਹੋਵੇਗਾ, ਪੰਚਾਇਤ ਪਿੰਡ ਦੀ ਹੁਣ ਗੁਰਦੁਆਰਾ ਸਾਹਿਬ ਤੋਂ ਚੱਲੂਗੀ। ਹਾਂਜੀ ਬਿਲਕੁਲ ਜੀ, ਇਸ ਸਹਿਮਤੀ ਦੇ ਵਿੱਚ ਇੱਕ ਪੱਤਰਕਾਰ ਸਾਥੀ ਵੀ ਨੇ, ਉਹ ਵੀ ਮਮਦੌੜ ਤੋਂ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਰੋਲ ਜਿਹੜਾ ਹੈ ਇਸ ਸਹਿਮਤੀ ਕਰਾਉਣ ਦੇ ਵਿੱਚ ਰਿਹਾ। ਭੋਲਾ ਜੀ ਸਾਡੇ ਨਾਲ ਨੇ, ਭੋਲਾ ਜੀ ਕਿਵੇਂ ਬਣਿਆ ਸਾਰਾ? ਤੁਸੀਂ ਵੀ ਆਏ ਕਹਿੰਦੇ ਸੀ, ਮੈਂਬਰਾਂ ਦੀ ਚੋਣ ਅਤੇ ਪਰਚੀਆਂ ਵੀ ਤੁਸੀਂ ਚੱਕ ਪੀਆਂ। ਬਹੁਤ ਵਧੀਆ ਜੀ, ਇਸ ਪਿੰਡ ਦੇ ਵਿੱਚ ਕਿੱਦਿਆ ਵੀ ਵਿਕਾਸ ਹੋਣ ਵਾਲਾ ਬਹੁਤ ਹੈ। ਮੇਨ ਪਿੰਡ ਦਾ ਕੰਮ ਹੈ ਵੀ ਪਿੰਡ ਵਿੱਚ ਛੱਪੜਿਆ ਹੈ ਨਹੀਂ, ਅਤੇ ਸਾਰੇ ਪਿੰਡ ਨੇ ਸਹਿਮਤੀ ਕੀਤੀ ਹੈ। ਬਹੁਤ ਵਧੀਆ ਸੁਚੇ ਢੰਗ ਨਾਲ ਚੋਣ ਹੋਈ ਹੈ। ਸਭ ਤੋਂ ਪਹਿਲਾਂ ਸਰਪੰਚ ਦੀ ਚੋਣ ਕੀਤੀ ਗਈ ਹੈ, ਉਸ ਤੋਂ ਬਾਅਦ ਪੰਜ ਹਰੇਕ ਵੇੜ 'ਚ ਇੱਕ ਬੰਦਾ ਉਹਨਾਂ ਚੁਣ ਕੇ ਦਿੱਤਾ, ਉਹਦੀਆਂ ਪਰਚੀਆਂ ਪਈਆਂ ਗਈਆਂ, ਫਿਰ ਪਰਚੀਆਂ ਬਾਹਰ ਕੱਢੀਆਂ ਗਈਆਂ, ਪੰਜ ਪਰਚੀਆਂ ਕੱਢੀਆਂ ਗਈਆਂ, ਅਤੇ ਬਿਲਕੁਲ ਹੀ ਸੁਚੱਕੇ ਢੰਗ ਨਾਲ ਸਰਬਸੰਮਤੀ ਹੋਈ ਹੈ। ਉਸ ਤੋਂ ਬਾਅਦ ਜਿਹੜੀ ਨਵੀਂ ਚੋਣ ਸਰਪੰਚਾਂ ਦੀ ਚੋਣ ਹੋ ਗਈ ਹੈ, ਪੰਚਾਂ ਦੀ ਹੋ ਗਈ ਹੈ, ਸਰਪੰਚ ਦੀ ਹੋ ਗਈ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਅਰਦਾਸ ਕੀਤੀ ਗਈ ਹੈ ਅਤੇ ਮੱਥਾ ਟੇਕਿਆ ਗਿਆ ਕਿ ਅਸੀਂ ਬਿਲਕੁਲ ਹੀ ਨਿਰਪੱਖ ਹੋ ਕੇ ਪਿੰਡ ਦਾ ਵਿਕਾਸ ਕਰਾਂਗੇ, ਮਨ ਦੀ ਮੈਲ ਖਤਮ ਕਰਤੀ। ਹਾਂਜੀ ਹਾਂਜੀ ਬਿਲਕੁਲ, ਮਨ ਦੀ ਮੈਲ ਬਿਲਕੁਲ ਖਤਮ ਕਰਤੀ ਜੀ। ਅਤੇ ਇਸ ਪੰਚਾਇਤ ਨੇ ਦੂਜੇ ਵੀ ਪਿੰਡਾਂ ਨੂੰ ਇਹ ਸੰਦੇਸ਼ ਦਿੱਤਾ ਕਿ ਜਿਵੇਂ ਅਸੀਂ ਸਰਬਸੰਮਤੀ ਕੀਤੀ ਹੈ, ਬਿਲਕੁਲ ਹੀ ਲੜਾਈਆਂ ਝਗੜੇ ਨਾ ਕੀਤੇ ਜਾਣ, ਬਿਲਕੁਲ ਹੀ ਸਰਬਸੰਮਤੀਆਂ ਕੀਤੀ ਜਾਣ। ਕਿ ਤਾਂ ਇੱਕ ਤਾਂ ਲੋਕ ਜਿਹੜੇ ਸਰਪੰਚੀ ਲੜਦੇ ਆ, ਫਜ਼ੂਲ ਖਰਚੀ ਕਰਦੇ ਆ, ਨਸ਼ਾ ਵੰਡਦੇ ਆ, ਇਸ ਪਿੰਡ ਨੇ ਇੱਕ ਸੰਦੇਸ਼ ਦਿੱਤਾ ਵੀ ਅਸੀਂ ਬਿਨਾਂ ਨਸ਼ਾ ਰਹਿਤ ਪਿੰਡ ਦੀ ਸਰਪੰਚੀ ਦੀ ਚੋਣ ਕੀਤੀ ਹੈ। ਅੱਛਾ ਇੱਕ ਗੱਲ ਹੋਰ ਸੁਣੋ, ਤੁਹਾਡੇ ਹਲਕੇ ਮਮਦੌੜ ਦੀ ਗੱਲ ਕਰ ਲੈਂਦੇ, ਮਮਦੌੜ ਦੇ ਵਿੱਚ ਵੀ ਦੋ ਪੰਚਾਇਤਾਂ ਪਿਛਲੇ ਦਿਨਾਂ 'ਚ ਬਣੀਆਂ ਹੈਗੀਆਂ, ਤੀਜੀ ਪੰਚਾਇਤ ਹਲਕਾ ਗੁਰੂਵਰ ਸਾਹਿਬ ਦੀ ਪਹਿਲੀ ਪੰਚਾਇਤ ਜਿਹੜੀ ਬਣ ਕੇ ਆਈ ਹੈਗੀ ਆ, ਕੀ ਸੁਨੇਹਾ ਕੀ ਦੇਣਾ ਚਾਹੁੰਦੇ ਆ ਐਜ਼ ਪੱਤਰਕਾਰ, ਕੀ ਕਹਿਣਾ ਚਾਹੁੰਦੇ ਤੁਸੀਂ? ਬਹੁਤ ਵਧੀਆ ਜੀ, ਇਹ ਜਿਹੜੀ ਮਾਨ ਸਰਕਾਰ ਨੇ ਵੀ ਇੱਕ ਮਤਲਬ ਕਿਹਾ ਸੀ ਵੀ ਜਿਹੜੀ ਪੰਚਾਇਤ ਜਾਂ ਪੰਚਾਇਤ ਸਰਬਸੰਮਤੀ ਨਾਲ ਚੁਣ ਕੇ ਆਏਗੀ ਉਹਨਾਂ ਨੂੰ ਅਸੀਂ ਸਪੈਸ਼ਲ ਗ੍ਰਾਂਟ ਦੇਵਾਂਗੇ, ਪਿੰਡ ਦਾ ਵਿਕਾਸ ਕਰਾਓ। ਇਸ ਇਹਨਾਂ ਨੇ ਵੀ ਬਹੁਤ ਵਧੀਆ ਮੈਸੇਜ ਦਿੱਤਾ ਕਿ ਅਸੀਂ ਕੋਈ ਨਸ਼ਾ ਨਹੀਂ ਵੰਡਿਆ, ਕੋਈ ਸ਼ਰਾਬ ਨਹੀਂ ਵੰਡੀ, ਬਿਲਕੁਲ ਹੀ ਸੱਚੇ ਢੰਗ ਨਾਲ ਚੋਣ ਹੋਈ ਹੈ ਜੀ। ਅੱਛਾ MLA ਦਈਆ ਜੀ ਨਾਲ ਮੇਰੀ ਉਦਣ ਗੱਲ ਹੋਈ ਸੀ ਜਦੋਂ ਤੁਹਾਡੇ ਉੱਪਰਲੇ ਲਖਮੀਰ ਕੇ ਹਥਾੜ ਪਿੰਡ ਪੰਚਾਇਤ ਉਤਾੜੇ ਚੁਣਿਆ ਜਾਂਦਾ ਹੈਗਾ, ਕਹਿੰਦੇ ਨੋਟੀਫਿਕੇਸ਼ਨ ਜਾਰੀ ਹੋਇਆ ਪਿੰਡਾਂ ਵਾਲੇ ਇੱਦਾਂ ਚੁਣੀ ਜਾਂਦੇ ਹੈ, ਉਹਨਾਂ ਦੇ ਬਿਆਨ ਕਿਵੇਂ ਦੇ? ਦੇਖੋ ਉਹ ਹੈ ਪੋਲੀਟੀਕਲ ਮਾਮਲਾ ਹੈ, ਠੀਕ ਹੈ। ਜੇ ਤਾਂ ਪਿੰਡ 'ਚ ਆਮ ਆਦਮੀ ਪਾਰਟੀ ਦੀ ਕੋਈ ਸਰਪੰਚ ਬਣਾ ਜਾਵੇ ਉਹ ਤਾਂ ਵੀ ਠੀਕ ਹੈ ਜੀ, ਠੀਕ ਹੈ। ਮੰਨ ਲਓ ਦੂਸਰੀ ਪਾਰਟੀ ਦਾ ਵੀ ਆ ਸਕਦਾ, ਪਿੰਡ ਕਾਂਗਰਸ ਵੀ ਹੈ, ਅਕਾਲੀ ਵੀ ਹੈ, ਭਾਜਪਾ ਵਾਲਾ ਵੀ ਹੈ। ਮੇਨ ਗੱਲ ਹੈ ਪਿੰਡ ਦੀ ਸਹਿਮਤੀ ਹੈ, ਪਾਰਟੀ ਕਿਸੇ ਦਾ ਹੋਵੇ ਹੋਵੇ, ਬਿਲਕੁਲ ਜੀ, ਪਿੰਡ ਦੀ ਸਹਿਮਤੀ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ। ਜਿਵੇਂ ਸਵਾਈ ਕੇ ਭੋਖੜੀ ਗੱਲ ਕਰਦੇ ਹਾਂ, ਅਕਾਲੀ ਦਲ ਦਾ ਸਰਪੰਚ ਬਣ ਗਿਆ ਸੀ ਅਤੇ ਉੱਥੇ ਵੀ ਜਿਹੜੀ ਆ ਪੂਰੀ ਵੀਡੀਓ ਵੀ ਵਾਇਰਲ ਹੁੰਦੀ, ਅਸੀਂ ਵੀ ਜਾ ਕੇ ਆਏ ਸੀ। ਅਤੇ ਇਸੇ ਤਰ੍ਹਾਂ ਅੱਜ ਜਿਹੜਾ ਇਹ ਸਰਬਸੰਮਤੀ ਨਾਲ ਫਿਰ ਇੱਕ ਪੰਚਾਇਤ ਜਿਹੜੀ ਹੈ ਨਵੀਂ ਚੁਗ ਲਈ ਗਈ। ਦੇਖੋ ਜਿਹੜਾ ਸਰਪੰਚ ਬਣ ਜਾਂਦਾ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਜੀ, ਪਿੰਡ ਦਾ ਸਾਂਝ ਹੁੰਦਾ। ਅਤੇ ਜਿਹੜਾ MLA ਜਾਂ ਵਿਧਾਇਕ ਕੋਈ ਵੀ ਹੈ ਉਹਦੇ ਵਾਸਤੇ ਸਾਰਾ ਪਿੰਡ ਇੱਕ ਹੈ, ਪਾਰਟੀਬਾਜ਼ੀ ਨਹੀਂ। ਬਿਲਕੁਲ ਜੀ, ਪਿੰਡ ਇੱਕ ਹੈ ਅਤੇ ਪਿੰਡ ਨੇ ਜੇ ਕਰ ਲਿਆ ਏਕਾ, ਅਤੇ ਇਸ ਏਕੇ ਨੂੰ ਕਿਵੇਂ ਦੇਖਦੇ ਹੋ? ਨੌਜਵਾਨ ਮੁੰਡਾ ਇੱਧਰ ਵੀ ਖੜਾ ਗਾ, ਬਾਈ ਨਾਲ ਗੱਲ ਕਰ ਲਿਆ, ਬਾਈ ਕਿਵੇਂ ਲੱਗਦਾ ਪਿੰਡ 'ਚ ਕਰਤੀ ਫਿਰ ਬੱਲੇ ਬੱਲੇ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਗੁਰੂਵਰ ਸਾਹਿਬ ਲਾਈਵ ਵਾਲਿਆਂ ਦਾ। ਮੇਰਾ ਨਾਮ ਹਰਮੇਸ਼ ਸਿੰਘ ਹੈ, ਮੈਂ ਆਪਦੇ ਪਿੰਡ ਵਾਲੇ ਚਾਂਦੀ ਵਾਲਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ, ਜੋ ਕਿ ਸਾਡੇ ਪਿੰਡ 70 ਸਾਲ ਤੋਂ ਅੱਜ ਸਰਪੰਚੀ ਸਰਬਸੰਮਤੀ ਨਾਲ ਸਰਪੰਚੀ ਚੁਣੀ ਗਈ ਹੈ। ਅਤੇ ਮੈਂ ਪਹਿਲਾ ਨੰਬਰ ਸਰਕਾਰ ਦਾ ਧੰਨਵਾਦ ਕਰਦਾ, ਮਾਨ ਸਰਕਾਰ ਦਾ, ਜਿਹਨੇ ਇੱਕ ਲਹਿਰ ਚਲਾਈ ਹੈ
ਵੀ ਸਰਬਸੰਮਤੀ ਜਿਹੜਾ ਸਰਪੰਚ ਕਰੇਗਾ ਉਹਨੂੰ ਮੇਰੇ ਵੱਲੋਂ ਸਪੈਸ਼ਲ ਗ੍ਰਾਂਟ ਦਿੱਤਾ ਜਾਊਗਾ। ਤੇ ਗ੍ਰਾਂਟ ਵੀ ਚਾਹੀਦੀ ਹੈ? ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਸਾਨੂੰ ਗ੍ਰਾਂਟ ਚਾਹੀਦੀ ਹੈ। ਬਾਕੀ ਜਿੰਨੇ ਟਾਈਮ ਅੱਗੇ ਸਰਕਾਰਾਂ ਰਹੀਆਂ ਜਾਂ ਕੁਝ ਵੀ ਰਿਹਾ, ਸਾਡੇ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਅੱਜ ਤੱਕ ਵੀ, ਨਾ ਹੀ ਹੋਇਆ ਨਾ ਹੀ ਅੱਗੇ ਕਦੇ ਹੋਣ ਦੀ ਸੰਭਾਵਨਾ ਸੀ। ਪਰ ਜਿਹੜੀ ਅੱਜ ਸੀ ਉਮੀਦ ਜਾਗੀ ਹੈ ਸਾਡੇ ਪਿੰਡ ਵੱਲੋਂ, ਤੇ ਸਾਨੂੰ ਉਮੀਦ ਹੈ ਵੀ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਊਗਾ, ਸਾਧਾ ਸਿੰਘ ਸਰਪੰਚ ਵਿਕਾਸ ਕਰੂਗਾ। ਬਾਕੀ ਕਈ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਕੋਈ ਆਉਂਦਾ ਕੁਝ ਸੀ, ਕਰਦੇ ਕੁਝ ਸੀ, ਉਹ ਕੰਮ ਹੁਣ ਨਹੀਂ ਹੋਵੇਗਾ, ਸਾਰੇ ਪਿੰਡ ਦੀ ਸਹਿਮਤੀ ਹੈ। ਅਤੇ ਨੰਬਰ ਦੂਸਰਾ, ਜਿਹੜਾ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਸਾਡੇ ਪੰਜਾਬ ਦੇ ਵਿੱਚ। ਤੁਹਾਡੇ ਪਿੰਡ ਵਾਲੇ ਗੱਲ ਵੀ ਕੀਤੀ ਵੀ ਜਿਹੜਾ ਕੋਈ ਨਸ਼ੇ ਵਾਲੇ ਹੋਊਗਾ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਬੈਠ ਕੇ ਗੱਲ ਹੋਊਗੀ ਵੀ ਨਸ਼ਾ ਵੇਚਦਾ ਤਾਂ ਉਹਨੂੰ ਰੋਕਿਆ ਜਾਵੇ। ਬਿਲਕੁਲ ਬਿਲਕੁਲ ਰਾਈਟ ਹੈ, ਜਿਹੜਾ ਨਸ਼ਾ ਵੇਚੂਗਾ ਚਿੱਟਾ ਆਦਿ ਗੋਲੀਆਂ ਜੋ ਵੀ ਇੱਦਾਂ ਦੇ ਗਲਤ ਨਸ਼ੇ ਜੋ ਕਿ ਨੌਜਵਾਨ ਨੂੰ ਬਰਬਾਦ ਕਰਨ 'ਤੇ ਲੱਗਾ ਹੋਇਆ, ਉਹਨੂੰ ਪਿੰਡ ਦੇ ਗੁਰਦੁਆਰੇ ਲਿਆ ਕੇ ਬੁਲਾਇਆ ਜਾਊਗਾ। ਅਗਰ ਜੇ ਨਹੀਂ ਆਪਦੀ ਹਰਕਤਾਂ ਤੋਂ ਹਟਦਾ ਤਾਂ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹ ਗੱਲ ਕਹਿ ਦਿੰਦੇ ਆ, ਕਹਿੰਦੇ ਬਰਾਤ ਵੱਡੀ ਹੋ ਸਕਦੀ ਹੈ ਪਿੰਡ ਤੋਂ ਵੱਡੀ ਨਹੀਂ ਹੋ ਸਕਦੀ, ਜੇ ਨਸ਼ਾ ਵੇਚਣ ਵਾਲਾ ਵੱਡਾ ਹੋ ਸਕਦਾ ਸਾਰੇ ਪਿੰਡ ਤੋਂ ਵੱਡਾ, ਪਿੰਡ ਤੋਂ ਵੱਡਾ ਨਹੀਂ ਹੋ ਸਕਦਾ, ਕਦੇ ਨਹੀਂ ਹੋ ਸਕਦਾ। ਜਿੱਥੇ ਸਾਰਿਆਂ ਦਾ ਸਹਿਯੋਗ ਹੋਵੇਗਾ ਉੱਥੇ ਕਦੇ ਨਸ਼ੇ ਵੇਚਣ ਵਾਲਾ ਕਦੇ ਵੱਡਾ ਨਹੀਂ ਹੋ ਸਕਦਾ। ਪਿੰਡ ਚਾਹੇ ਤਾਂ ਜੋ ਵੀ ਕਹੇ ਉਹ ਕਰ ਸਕਦਾ ਹੈ। ਬਿਲਕੁਲ ਜੀ, ਪਿੰਡ ਚਾਹੇ ਤਾਂ ਕਰ ਸਕਦਾ, ਅਤੇ ਪਿੰਡ ਨੇ ਅੱਜ ਕਰਤਾ ਇੱਕ ਅਜਿਹਾ ਕੰਮ ਹਲਕਾ ਗੁਰੂਵਰ ਸਾਹਿਬ ਦੇ ਇਸ ਪਿੰਡ ਦੇ ਵਿੱਚ, ਅਤੇ ਪਿੰਡ ਨੇ ਕਰ ਲਿਆ ਏਕਾ ਏਕਾ ਕੀਤਾ ਗੁਰੂ ਘਰ ਬੈਠ ਕੇ, ਗੁਰੂ ਘਰ ਦੇ ਵਿੱਚ ਬੈਠ ਕੇ ਏਕਾ ਕਰਕੇ, ਅਤੇ ਬਕਾਇਦਾ ਅਰਦਾਸ ਕਰਾਈ ਗਈ ਹੈ, ਪੰਚਾਇਤ ਪੂਰੀ ਚੁਣ ਲਈ ਗਈ ਹੈ, ਮੈਂਬਰ ਵੀ ਚੁਣ ਲਿਆ, ਸਰਪੰਚ ਵੀ ਚੁਣ ਲਿਆ, ਸਰਪੰਚ ਦਾ ਨਾਮ ਸਾਧਾ ਸਿੰਘ, ਸਾਧਾ ਬੰਦਾ ਚੁਣ ਲਿਆ, ਸਾਧ ਬੰਦਾ ਚੁਣ ਲਿਆ, ਹੁਣ ਇਸ ਪਿੰਡ ਦਾ ਜਿਹੜਾ ਹੈ ਇਹੋ ਜਿਹਾ ਬੰਦਾ ਚੁਣ ਲਿਆ ਜਿਹੜਾ ਪਿੰਡ ਦੇ ਵਿਕਾਸ ਦੀ ਗੱਲ ਹੋ ਰਹੀ ਹੈ, ਅੱਜ ਨਸ਼ਾ ਮੁਕਤ ਪਿੰਡ ਦੀ ਗੱਲ ਹੋ ਰਹੀ ਹੈ। ਜੇਕਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਲੋਕ ਅਗਾਂਹ ਵੱਧ ਕੇ ਆ ਜਾਣ, ਕਹਿੰਦੇ ਨਸ਼ਾ ਬੰਦ ਨਹੀਂ ਹੁੰਦਾ, ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਜੇਕਰ ਇਹ ਗੱਲਾਂ ਨਿਕਲ ਕੇ ਬਾਹਰ ਆ ਗਈਆਂ ਵੀ ਨਸ਼ਾ ਬੰਦ ਕਰਨਾ, ਪਿੰਡ ਨੂੰ ਨਸ਼ਾ ਮੁਕਤ ਕਰਨਾ, ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਨਹੀਂ ਜਾਣ ਦੇਣਾ, ਏਕਾ ਰੱਖਣਾ, ਪਿੰਡ ਦਾ ਵਿਕਾਸ ਕਰਾਉਣਾ, ਜੇ ਇਸ ਤਰ੍ਹਾਂ ਦੀਆਂ ਪੰਚਾਇਤਾਂ ਬਾਰਡਰ ਪੱਟੀ ਤੋਂ ਨਿਕਲ ਕੇ ਆ ਸਕਦੀਆਂ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਨਿਕਲ ਕੇ ਆ ਸਕਦੀਆਂ, ਅਤੇ ਜਿਸ ਕਰਕੇ ਅੱਜ ਇਸ ਪਿੰਡ ਦੀ ਸਲਾਹਣਾ ਵੀ ਕਰਨੀ ਪੈਂਦੀ ਹੈ, ਕਿਉਂਕਿ ਪਿੰਡ ਦਾ ਫੈਸਲਾ, ਪਿੰਡ ਦਾ ਏਕਾ ਜਿਹੜਾ ਅੱਜ ਇਹਨਾਂ ਨੇ ਬਰਕਰਾਰ ਰੱਖਿਆ। ਦੇਖਦੇ ਰਹੋ ਗੁਰੂਵਰ ਸਾਹਿਬ।